ਸੋਸ਼ਲ ਮੀਡੀਆ ਤੇ ਇੰਨੇ ਦਿਨੀ ਪੰਜਾਬ ਦੇ ਸੂਫੀ ਗਾਇਕ ਗੁਲਾਮ ਜੁਗਨੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਗਾਇਕ ਗੁਲਾਮ ਜੁਗਨੀ ਇੱਕ ਗੱਡੀ 'ਚ ਬੈਠੇ ਦਿਖਾਈ ਦੇ ਰਹੇ ਨੇ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਗੱਡੀ ਸਮੇਤ ਘੇਰ ਰੱਖਿਆ ਹੈ ਤੇ ਗਾਇਕ ਜੁਗਨੀ ਉਹਨਾਂ ਦੀਆਂ ਮਿੰਨਤਾਂ ਕਰ ਰਹੇ ਨੇ। ਜ਼ਰਾ ਦੇਖੋ ਇਹ ਵੀਡੀਓ। ਮੈਂ ਤੂੰ ਅੱਗੇ ਕੀਤਾ ਹੀ ਆ 2000 ਦੇ ਸੀ ਗਏ ਓਏ ਤੈਨੂੰ ਕੋਣ ਦਾ ਤੇਰੀ ਮਾਰ ਤੇਰੀ ਭੈਣ ਤੂੰ ਦਾ ਸਾਡਾ ਕਸੂਰ ਕੀ ਆ ਕੋਈ ਨਹੀਂ ਕਿੰਨਾ ਚਿਰ ਭੱਜ ਲੂੰਗਾ ਇੱਥੇ ਕਿੰਨਾ ਚਿਰ ਭੱਜ ਲੂੰਗਾ ਭੱਜਿਆ ਯਾਰ ਮੈਂ ਕਦੋਂ ਭੱਜਿਆ ਤੂੰ ਠਾਣੇ ਨਹੀਂ ਆਉਂਦਾ ਤੈਨੂੰ ਸੱਦ ਦੇ ਠਾਣੇ ਕਿਉਂ ਨਹੀਂ ਆਉਂਦਾ ਤੂੰ ਮੈਂ ਬਾਹਰ ਗਿਆ ਹੋਇਆ ਸੀ ਕਿੱਥੇ ਨਹੀਂ ਕਿੱਥੇ ਗਿਆ ਤੂੰ ਇੱਕ ਮਿੰਟ ਕੰਟਰੀ ਦੱਸ ਕਿਹੜੀ ਜਾਣਾ ਕਿਹੜੀ ਕੰਟਰੀ ਜਾਣਾ ਰਾਜਸਥਾਨ ਗਿਆ ਨਹੀਂ ਨਹੀਂ ਤੂੰ ਦੱਸ ਤੈਨੂੰ ਉੱਥੇ ਬੰਦੇ ਬੁਲਾਵਾਂਗੇ ਮੇਰੀ ਗੱਲ ਸੁਣ ਫੋਨ ਦੱਸ ਇੱਥੇ ਠਾਣੇ ਪਾਕਰ ਰੋ ਇੱਕ ਮਿੰਟ ਨਵੀਂ ਨਵੀਂ ਓਏ ਰਾਜਸਥਾਨ ਗਿਆ ਹੋਇਆ ਸੀ ਇੱਕ ਮਿੰਟ ਤੂੰ ਦੱਸ ਜਵਾਨ ਕਰਵੇ ਕਿੱਦਾਂ ਪੈਸੇ ਦੇਣੇ ਮੈਂ ਕਹੀਂ ਲਿਖਾਉਣਾ ਨਹੀਂ ਮੈਂ ਤੈਨੂੰ ਦੱਸਦਾ ਮੇਰਾ ਭਰਾ ਮੇਰਾ ਤੇ ਲੱਗਾ ਪੂਰਾ ਨਹੀਂ ਠਾਣੇ ਆ ਵੇ ਜਵਾਨ ਦੱਸ ਕਿੱਦਾਂ ਦੇਣੇ ਠਾਣੇ ਜੋ ਹੋਵੇ ਠਾਣੇ ਚੱਲਦੇ ਆ ਇੱਦਾਂ ਨਹੀਂ ਜਾਣਦੇ ਬਾਈ ਯਾਰ ਮੈਸੇਜ ਤੈਨੂੰ ਕਰਦਾ ਫੋਨ ਕਰ ਫੋਨ ਭਾਜੀ ਠਾਣੇ ਚੱਲ ਤੈਨੂੰ ਭੈ 2 ਮਹੀਨੇ ਹੋ ਗਏ ਤੂੰ ਥਾਂ ਦੌੜਾ ਫਿਰਦਾ ਤੂੰ ਯਾਰ ਬਾਈ ਮੈਂ ਕਿੱਥੋਂ ਭੱਜਿਆ ਯਾਰ ਕਿੱਥੇ ਭੱਜਿਆ ਤੂੰ ਆਉਂਦਾ ਕਦੋਂ ਨਹੀਂ ਠਾਣੇ ਰਾਜੀਨਾਮਾ ਵੀ ਕਰ ਲਿਆ 2000 ਇਸ ਟਾਈਮ ਤੇ ਮੈਂ 45 ਲੱਖ ਰੁਪਇਆ 75 ਮਹੀਨਾ ਦੂੰਗਾ ਪੁੱਛਣਾ ਨਹੀਂ ਕੀਤਾ ਦਵਾਂਗੇ ਆਦਮਪੁਰ ਵਾਲੇ ਥਾਣੇ ਵਾਲੇ ਅਮਰਤ ਬਰਾੜ ਨੀ ਆਪਣਾ ਕੋਈ ਗੱਲ ਨੀ ਮੈਨੂੰ ਇਹ ਦੱਸ ਸਾਡਾ ਕਸੂਰ ਕੀ ਆ ਇਹ ਦੱਸ ਜਿਵੇਂ ਮਰਜ਼ੀ ਨਵੇੜ ਲਾ ਯਾਰ ਕੋਈ ਜਾਬੀ ਦੇ ਨਹੀਂ ਠਾਣੇ ਪਾਕਰ ਠਾਣੇ ਵੀ ਨਹੀਂ ਆਉਂਦਾ ਚਿਰ ਭੱਜ ਲੂਗਾ ਜਵਾਨ ਕਰਵੇ ਕਿੱਦਾਂ ਪੈਸੇ ਪੂਰੀ ਪੰਜਾਬੀ ਇੰਡਸਟਰੀ ਚ ਤਹਿਲਕਾ ਮਚ ਗਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਹਕੀਕਤ ਟੀਵੀ ਪੰਜਾਬੀ ਨੇ ਇਸ ਦੀ ਕੋਖ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਹੁਸ਼ਿਆਰਪੁਰ ਦੇ ਸ਼ਾਮ 84 ਕਸਬੇ ਦੀ ਹੈ, ਜਿੱਥੇ ਗਾਇਕ ਗੁਲਾਮ ਜੁਗਨੀ ਦੀ ਗੱਡੀ ਨੂੰ ਕਈ ਲੋਕਾਂ ਨੇ ਘੇਰ ਰੱਖਿਆ ਹੈ ਜੋ ਸ਼ਾਮ 84 ਮੇਲੇ ਵਾਪਸ ਆ ਰਹੇ ਸਨ। ਪੂਰੇ ਮਾਮਲੇ ਬਾਰੇ ਗੁਲਾਮ ਜੁਗਨੀ ਦੇ ਮੈਨੇਜਰ ਇੰਦੀ ਬਲਿੰਗ ਨਾਲ ਖਾਸ ਗੱਲਬਾਤ ਕੀਤੀ ਤੇ ਉਹਨਾਂ ਸਾਰੇ ਮਾਮਲੇ ਤੋਂ ਪਰਦਾ ਚੁੱਕਿਆ। ਨਹੀਂ ਮੈਂ ਵੀ ਮੈਨੂੰ ਵੀ ਕਾਲਸ ਕਾਫੀ ਆਈਆਂ, ਮੈਂ ਵੀ ਆਪਦੀ ਆਈਡੀ ਦੇ ਉੱਤੇ ਲਾਈਵ ਹੋ ਕੇ ਸਗੋਂ ਲੋਕਾਂ ਨੂੰ ਕਿਹਾ
ਹਨਾ ਉਹ ਗੱਲ ਐਸੀ ਵੀ ਉਹਨਾਂ ਦੀ ਜਿਹੜੀ ਪਹਿਲੋ ਕੰਪਨੀ ਸੀਗੀ ਪਲ ਮਿਊਜ਼ਿਕ ਕੰਪਨੀ ਹੈ ਜੀ, ਉਹਨਾਂ ਨੇ ਇਹਨਾਂ ਦੇ ਕਿਉਂਕਿ ਇਹਨਾਂ ਦੇ ਮਦਰ ਦਾ ਫਾਦਰ ਦਾ ਤੇ ਬ੍ਰਦਰ ਦੀ ਡੈਥ ਹੋ ਗਈ ਸੀ ਇੱਕੋ ਸਾਲ ਚ, ਇਹ ਡਿਪਰੈਸ਼ਨ ਚ ਚਲੇ ਗਏ ਸੀਗੇ ਤੇ ਉਹਦੇ ਕਰਕੇ ਇਹਨਾਂ ਨੇ ਕੰਮ ਨੀ ਕਰਿਆ ਉਹਨਾਂ ਨਾਲ, ਤੇ ਇਹਨਾਂ ਨੇ ਫਿਰ ਮਤਲਬ ਧੱਕਾ ਧੁੱਕਾ ਕਰਕੇ ਕੁਛ ਕੁ ਉਹਨਾਂ ਨੇ ਉੱਥੇ ਗੱਡੀ ਘੇਰੀ ਹੋਈ ਹੈ। ਉਸ ਟਾਈਮ ਦੇ ਵਿੱਚ ਮੇਰੀ ਗੱਡੀ ਤੇ ਵੀ ਇਹਨਾਂ ਨੇ ਹਮਲਾ ਕਰਿਆ ਸੀ, ਕਿਉਂਕਿ ਉੱਥੋਂ ਤੁਸੀਂ ਸੁਣਿਆ ਜੇ ਵੀਡੀਓ ਦੇ ਵਿੱਚ ਕਹਿੰਦੇ ਵੀ ਐਨ ਕਾਲੇ ਮਰੇਜਰ ਦੇ ਦੋ ਫਾਰ ਕਰ, ਉਹ ਮੇਰੀ ਗੱਲ ਕਰ ਰਹੇ ਨੇ। ਮੇਰਾ ਨਾਂ ਇੰਡੀ ਬਲਿੰਗ ਹੈ ਜੀ, ਇਹ ਸ਼ਾਮ 84 ਮੇਲੇ ਦੀ ਹੈ। ਹਾਂ, ਉੱਥੋਂ ਫਿਰ ਮੈਂ ਜਦੋਂ ਉੱਥੋਂ ਮੈਂ ਆਪਣੀ ਗੱਡੀ ਭਜਾਈ ਹੈ ਤੇ ਅਸੀਂ ਉੱਥੇ 181 ਨੰਬਰ ਤੇ ਆਪਣੇ ਕਮਿਸ਼ਨਰ ਸਾਹਿਬ ਦੇ ਜਲੰਧਰ SSP ਸਾਹਿਬ ਜਿਹੜਾ ਕੰਟਰੋਲ ਰੂਮ ਉੱਥੇ ਵੀ ਕੰਪਲੇਂਟਾਂ ਲਿਖਾਈਆਂ, ਫਿਰ ਇਹਨਾਂ ਨੂੰ ਚੱਕ ਕੇ ਆਦਮਪੁਰ ਥਾਣੇ ਲੈ ਗਏ ਸੀਗੇ। ਹਾਂ, ਉਹ ਆਦਮਪੁਰ ਦੇ ਵਿੱਚ SHO ਉਹਨਾਂ ਦੇ ਨਾਲ ਰਲੇ ਹੋਏ ਸੀ, ਪ੍ਰੈਸ਼ਰ ਪਿਆ ਹੋਇਆ ਸੀ ਪ੍ਰੈਸ਼ਰ ਪੈਣ ਤੱਕ। ਉਦੋਂ ਫਿਰ ਇਹਨਾਂ ਨੂੰ ਰਾਤ ਸਵੇਰੇ ਤੜਕੇ 5 ਵਜੇ ਪੁਲਿਸ ਵਾਲਿਆਂ ਨੇ ਛੱਡਿਆ ਜੀ। 25 ਲੱਖ ਰੁਪਇਆ ਸਿਰਫ ਇਸੇ ਚੀਜ਼ ਦਾ ਹੀ ਦੇ ਰਹੇ ਸੀਗੇ ਵੀ ਵੀਡੀਓ ਨਾ ਵਾਇਰਲ ਕਰਨਾ। ਭਾਜੀ ਬਿਲਕੁਲ ਮੈਂ ਇਹ ਚੀਜ਼ ਨਾਲ ਬਿਲਕੁਲ ਇੱਕ ਨਹੀਂ ਹਾਂ। ਦੇਖੋ ਜਦੋਂ ਇੱਕ ਬੰਦੇ ਨੂੰ ਚਾਹੇ ਮੈਂ ਵੀ ਹਾਂ, ਜੇ ਮੈਨੂੰ ਵੀ ਕੋਈ ਥ੍ਰੈਟ ਕਰੂਗਾ ਮੈਂ ਆਪਣੀ ਇੱਜ਼ਤ ਲਈ ਉਸ ਚੀਜ਼ ਨੂੰ ਢੱਕ ਕੇ ਰੱਖੂਗਾ। ਜੇ ਹੁਣ ਜਦੋਂ ਮੇਰੀ ਇੱਜ਼ਤ ਹੀ ਲੋਕਾਂ ਦੇ ਮੇਰੇ ਰੁਲ ਗਈ, ਫਿਰ ਮੈਂ ਬਾਕੀ ਮੇਰੇ ਪੈਸੇ ਦੇਣ ਦਾ ਕੋਈ ਹੱਕ ਬਣਦਾ ਨਹੀਂ। ਉਹੀ ਗੱਲ ਆ ਵੀ ਹੁਣ ਇਹਨਾਂ ਦਾ ਰਹਿ ਗਿਆ ਸੀਗਾ ਜੀ, ਇਹਨਾਂ ਨੇ 25 ਇਹਨਾਂ ਕਨੀ ਚਲੇ ਗਿਆ ਸੀ ਤੇ 22 ਲੱਖ ਰੁਪਏ ਇਹਨਾਂ ਦਾ ਰਹਿ ਗਿਆ ਸੀ, ਤੇ ਜਿਹਦੇ ਵਿੱਚ ਇਹਨਾਂ ਨੇ ਟੂਰ ਲਿਖਾ ਲਏ ਸੀ ਇਹਨਾਂ ਤੋਂ। ਉਹ ਟੂਰ ਹੁਣ ਜੁਗਨੀ ਜੀ ਕਹਿੰਦੇ ਸੀ ਵੀ ਟੂਰ ਸਾਡੇ ਤੁਸੀਂ ਜੇ ਪਲਾਨ ਕਰਨੇ ਮੇਰੇ ਟੂਰ ਪਲਾਨ ਕਰ ਦਿਓ ਵੀ ਮੈਂ ਬਾਹਰ ਦੇ ਸ਼ੋਅ ਲਾ ਦੂੰਗਾ ਤੁਹਾਨੂੰ 5-5 ਲੱਖ ਤੁਹਾਡਾ ਉਹਦੇ 'ਚ ਕਟਾ ਦਾਂਗੇ। ਉਹ ਬਸ ਪਤਾ ਨਹੀਂ ਕੋਈ ਇਹਨਾਂ ਦੀ, ਮੈਂ ਵੀ ਕੈਨੇਡਾ ਚਲੇ ਗਿਆ ਪਿੱਛੋਂ ਤੇ ਪਿੱਛੋਂ ਮੈਨੂੰ ਲੱਗਦਾ ਕੋਈ ਇਹਨਾਂ ਦੀ ਮਿਸ ਅੰਡਰਸਟੈਂਡਿੰਗ ਜਾਂ ਮਿਸ ਕਮਿਊਨੀਕੇਸ਼ਨ ਹੋਇਆ ਤੇ ਮੈਨੂੰ ਆਏ ਨੂੰ ਹਜੇ 2 ਦਿਨ ਹੀ ਹੋਏ ਨੇ ਤੇ ਮੈਂ ਅੱਜ ਜਦੋਂ ਕੱਲ ਸਵੇਰੇ ਮੈਂ ਦੇਖਿਆ ਤੇ ਮੇਰੇ ਕੋਲੇ ਵੀਡੀਓਜ਼ ਆਈਆਂ ਹੋਈਆਂ ਸੀਗੀਆਂ ਤੇ ਮਤਲਬ ਵੀ ਇਹ ਮਾੜੀ ਗੱਲ ਆ ਬਾਹਲੀ ਜ਼ਿਆਦੀ। ਅਸੀਂ ਉਹ ਡਰੇ ਹੀ ਬਹੁਤ ਪਏ ਨੇ, ਉਹਨਾਂ ਨੂੰ ਸੈੱਟ ਦੀਆਂ ਮਾਰਨ ਦੀਆਂ ਧਮਕੀਆਂ ਰਹੀਆਂ। ਹਾਂ, ਤੁਸੀਂ ਕਿਉਂਕਿ ਐਕਚੁਅਲੀ ਪਹਿਲਾਂ ਸਾਡੇ ਕੋਲ ਪਹਿਲਾਂ ਇਹਨਾਂ ਨਾਲ ਸਾਈਨ ਸੀਗੇ, ਫਿਰ ਸਾਡੇ ਨਾਲ ਸਾਈਨ ਹੋ ਗਏ ਸੀਗੇ ਤੇ ਉਹਦੇ ਵਿੱਚ ਹੁਣ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਦੇਖੋ ਜੇ ਤੁਸੀਂ ਕੋਈ ਐਕਸ਼ਨ ਲੈਣਾ ਚਾਹੁੰਦੇ ਹੋ ਤੇ ਲਓ ਹਨਾ, ਪਰ ਉਹ ਡਰੇ ਹੀ ਇੰਨੇ ਕੁ ਪਏ ਨੇ ਵੀ ਇਸ ਟਾਈਮ ਉਹਨਾਂ ਦੀ ਮੈਂਟਲੀ ਸਥਿਤੀ ਵੀ ਠੀਕ ਨਹੀਂ ਹੈਗੀ, ਉਹਨਾਂ ਨੇ ਲਾਈਵ ਹੋ ਕੇ ਸਿਰਫ ਇੰਨੀ ਗੱਲ ਬਸ ਹੱਥ ਹੀ ਜੋੜਦੇ ਪਏ ਨੇ। ਹੁਣ ਜ਼ਰਾ ਸੁਣੋ ਪੂਰੇ ਮਾਮਲੇ ਤੇ ਗੁਲਾਮ ਜੁਗਨੀ ਨੇ ਕੀ ਕਿਹਾ। ਕੀ ਹਾਲ ਨੇ, ਠੀਕ ਠਾਕ ਹੋ? ਸੋ ਤੁਹਾਨੂੰ ਪਤਾ ਹੀ ਆ ਵੀ ਮੈਂ ਘੱਟ ਹੀ ਲਾਈਵ ਲੂਈਵ ਹੁੰਦਾ ਹੁੰਦਾ, ਮੈਨੂੰ ਇਹਨਾਂ ਗੱਲਾਂ ਤੱਕ ਥੋੜ੍ਹਾ ਜਿਹਾ ਕਿਰਪਾ ਮਾਲਕ ਦੀ। ਸੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਸੋ ਮੰਮਾ ਫਾਦਰ ਸਾਹਿਬ ਭਰਾ ਹੋਰ 2-3 ਮੁੰਡੇ ਐਕਸੀਡੈਂਟ 'ਚ ਚਲੇ ਗਏ, ਮੇਰਾ ਦਿਮਾਗ ਕੁਛ ਡਿਪਰੈਸ਼ਨ 'ਚ ਰਹਿੰਦਾ ਸੀ, ਚਲੋ ਲੈਣ ਦੇਣ ਚੱਲਦਾ ਕਿਹਦਾ ਨਹੀਂ। ਸੋ ਸਾਡਾ ਹੁਣ ਉਹਨਾਂ ਨਾਲ ਓਪਲ ਮਿਊਜ਼ਿਕ ਨਾਲ ਨਿਬੜੇ ਹੋਏ 1 ਸਾਲ ਹੋਣ ਵਾਲਾ ਜੀ, ਅਤੇ ਇਹ ਵੀਡੀਓ ਵੀ ਬਹੁਤ ਪੁਰਾਣੀ ਹੈ। ਸੋ ਜਿੰਨੇ ਵੀ ਮੈਨੂੰ ਦੇਖ ਰਹੇ ਆ, ਜਿੰਨੇ ਵੀ ਸੁਣ ਰਹੇ ਨੇ, ਜੋ ਕਿਸੇ ਦਾ ਇੱਕ ਚਲੇ ਜਾਂਦਾ ਨਾ ਬਾਬਾ ਜੀ, ਫਿਰ ਹੱਥ ਜੋੜੀ ਜਾਂਦੇ ਨੇ। ਸੋ ਜਿਨ੍ਹਾਂ ਦੇ ਗਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ। ਇੱਕ ਬਾਈ ਗਾਮੇ ਦੀ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਵੀ ਕਰੇ ਕਰਾਵੇ ਆਪੇ ਆਪ। ਸੋ ਬਾਣੀ 'ਚ ਵੀ ਆ, ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੇ ਕਿਚਨੀ ਹੱਥ। ਤੋ ਸਰਕਾਰ ਗੱਲ ਆਏ ਆ, ਆਪਾਂ ਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਸੋ ਪਾਉਣ ਵਾਲੇ ਵੀ ਜਿਉਂਦੇ ਰਹਿਣ। ਸੋ ਆਪਣਾ ਨਿਬੜਿਆ ਹੋਇਆ, ਆਪਣੇ ਕੋਲ ਕਾਗਜ਼ੀ ਪੱਤਰੀ ਸਾਰਾ ਹੈ ਨਾ, ਵਧੀਆ ਹੋਇਆ ਹੋਇਆ, ਅਤੇ ਇਹ ਪਾਉਣ ਵਾਲਿਆਂ ਦੀ ਵੀ ਮਰਜ਼ੀ ਹੈ। ਅਤੇ ਬਾਕੀ ਜਿੰਨੇ ਸੁਣਦੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ, ਮਾਲਕ ਦੀ ਕਿਰਪਾ ਜੀ। ਸੋ ਆਪਣਾ ਉਹਨਾਂ ਨਾਲ ਵਧੀਆ ਨਿਬੜਿਆ ਹੋਇਆ। ਸੋ ਉਹਨਾਂ ਦਾ ਵੀ ਮੈਨੂੰ ਓਪਲ ਮਿਊਜ਼ਿਕ ਦਾ ਵੀ ਕਾਫੀ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਸੋ ਇਹੋ ਜਿਹੀਆਂ ਗੱਲਾਂ 'ਚ ਟਾਈਮ ਵੇਸਟ ਕਰਨ ਵਾਲਾ ਕੰਮ ਹੁੰਦਾ ਬਾਬਾ ਜੀ, ਕਿਰਪਾ ਬਹੁਤ। ਸੋ ਤੁਸੀਂ ਵੀ ਸਾਰੇ ਜਿਉਂਦੇ ਵੱਸਦੇ ਰਹੋ। ਰਹੀ ਹੱਥ ਜੋੜਨ ਦੀ ਗੱਲ, ਤੁਹਾਨੂੰ ਪਤਾ ਮੇਰਾ ਤਾਂ ਸਟੇਜ ਤੋਂ ਉੱਤਰਦੇ ਵੀ ਐਂ ਹੁੰਦੇ ਆ, ਊਂ ਵੀ ਐਂ ਹੁੰਦੇ ਆ। ਸੋ ਮਾਲਕ ਨੀਵੇਂ ਹੀ ਰੱਖੇ,
900 ਗੌਰਾ ਹੋਏ। ਸਤਿ ਸ੍ਰੀ ਅਕਾਲ ਬਾਬੇ। ਸੋ ਵਾਇਰਲ ਟੈਸਟ 'ਚ ਵੀਡੀਓ ਬਿਲਕੁਲ ਸੱਚੀ ਨਿਕਲੀ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।